ਦਰਸ਼ਕੋ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅਸੀਂ ਆਏ ਹਾਂ ਇੱਕ ਐਸੀ ਸ਼ਖਸੀਅਤ ਦੇ ਕੋਲ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਇੱਕ ਸੇਵਾਦਾਰ ਬਣ ਕੇ ਸੇਵਾ ਕੀਤੀ ਹੈ। ਦਰਸ਼ਕੋ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅਸੀਂ ਆਏ ਹਾਂ ਇੱਕ ਐਸੀ ਸ਼ਖਸੀਅਤ ਦੇ ਕੋਲ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਇੱਕ ਸੇਵਾਦਾਰ ਬਣ ਕੇ ਸੇਵਾ ਕੀਤੀ ਹੈ ਔਰ ਹੁਣ ਉਹਨਾਂ ਦੇ ਬੇਟੇ ਡਾਕਟਰ ਸੰਜੀਵ ਮਿੱਤਲ ਜਿਹੜੇ ਰਿਨੋਡ ਹਾਰਟ ਦੇ ਸਪੈਸ਼ਲਿਸਟ ਨੇ ਔਰ ਇਹ ਫੈਮਿਲੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਦੇ ਵਿੱਚ ਲਗਾਈ ਹੈ ਔਰ ਹਮੇਸ਼ਾ ਲੋਕਾਂ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਫੈਮਿਲੀਆਂ ਨੂੰ ਇਹ ਲੱਗਦਾ ਵੀ ਇਹ ਸਾਡਾ ਆਪਣਾ ਹੀ ਹੋਸਪਿਟਲ ਹੈਗਾ। ਆਪਾਂ ਗੱਲ ਕਰ ਰਹੇ ਹਾਂ ਡਾਕਟਰ ਸੁਤੰਤਰ ਮਿੱਤਲ ਜੀ ਦੇ ਨਾਲ ਜਿਨ੍ਹਾਂ ਨੇ ਬੂਟਾ ਲਾਇਆ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਮਿਹਰਬਾਨੀ ਹੈ ਜੀ ਤੁਹਾਡੀ, ਪਰਮਾਤਮਾ ਦੀ ਕਿਰਪਾ ਚਾਹੀਦੀ ਹੈ। ਅੰਕਲ ਜੀ ਉਹ ਸਮਾਂ ਜਦੋਂ ਹਾਰਟ ਦੀ ਜਦੋਂ ਗੱਲ ਆ ਜਾਂਦੀ ਸੀਗੀ ਤਾਂ ਲੋਕਾਂ ਦਾ ਦਿਮਾਗ ਖੜ ਜਾਂਦਾ ਸੀਗਾ ਵੀ ਹਾਰਟ ਦੀ ਪ੍ਰੋਬਲਮ ਆ ਗਈ। ਅੱਜ ਦਾ ਸਮਾਂ ਜਿਹਦੇ 'ਚ ਹਾਰਟ ਦੀ ਪ੍ਰੋਬਲਮ ਆ ਕੇ ਵੀ ਸਲੂਸ਼ਨਸ ਹੈਗੇ ਆ ਔਰ ਲੋਕ ਬਚ ਰਹੇ ਨੇ, ਕੀ ਕਹਿਣਾ ਚਾਹੋਗੇ? ਨਹੀਂ ਉਹਦੇ 'ਚ ਚੀਜ਼ ਇਹ ਹੁੰਦੀ ਹੈ ਵੀ ਜਿਹੜੀ ਕੋਈ ਬਿਮਾਰੀ ਹੈ ਜੇ ਉਹਦੀ ਤਸ਼ਖੀਸ਼ ਹੋ ਜਾਵੇ ਅਤੇ ਪ੍ਰੋਪਰ ਟ੍ਰੀਟਮੈਂਟ ਦਿੱਤਾ ਜਾਵੇ ਤਾਂ ਠੀਕ ਹੋ ਜਾਂਦੇ। ਅੰਕਲ ਕੀ ਕਹਿਣਾ ਚਾਹੋਗੇ ਕਿ ਇਹ ਹੋਸਪਿਟਲ ਜਿਹਦਾ ਨਵਾਂ ਅਤੇ ਪੁਰਾਣੇ ਦਾ ਐਕਸਪੀਰੀਅੰਸ ਦਾ ਦੋਨਾਂ ਦਾ ਇੱਕ ਸੁਮੇਲ ਹੈ, ਤੁਹਾਡਾ ਜ਼ਿੰਦਗੀ ਦਾ 50-55 ਸਾਲ ਦਾ ਐਕਸਪੀਰੀਅੰਸ ਔਰ ਡਾਕਟਰ ਸੰਜੀਵ ਜਿਹੜੇ ਨਵੀਆਂ ਟੈਕਨੀਕਸ ਲੈ ਕੇ ਆਏ ਆ, ਇਹ ਇੱਕ ਐਸਾ ਹੋਸਪਿਟਲ ਆ ਜਿਹਦੇ ਵਿੱਚ ਦੋ ਦਿਮਾਗ ਜਿਹੜੇ ਹੈਗੇ ਆ ਬਹੁਤ ਵੱਡੇ ਕੰਮ ਕਰਦੇ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਅਸੀਂ ਤਾਂ ਆਮ ਜਿਹੜੇ ਪੇਸ਼ੈਂਟਸ ਆ ਨਾ, ਜੇ ਕੋਈ ਇਹੋ ਜਿਹੇ ਹੁੰਦੇ ਆ ਤਾਂ ਦੋਨੇ ਜਣੇ ਮਿਲ ਕੇ ਦੇਖ ਲੈਂਦੇ ਹਾਂ, ਉਹਨੂੰ ਸਾਨੂੰ ਕੋਈ ਝਿਜਕ ਨਹੀਂ ਇਸ ਗੱਲ ਦੀ। ਅੰਕਲ ਕੀ ਕਹਿਣਾ ਚਾਹੋਗੇ ਕਿ ਇਹ ਜਿਹੜਾ ਹੋਸਪਿਟਲ ਹੈ ਜਿਹੜਾ ਕਿ ਇੰਨੇ ਸਾਲ ਹੋ ਗਏ ਸੇਵਾ ਕਰਦਿਆਂ ਨੂੰ ਔਰ ਹਰ ਰੋਜ਼ ਕੋਈ ਨਾ ਕੋਈ ਚੀਜ਼ ਨਵੀਂ, ਇਹ ਹੋਸਪਿਟਲ ਕਦੇ ਰੁਕਿਆ ਨਹੀਂ ਗਾ, ਇਹਨੇ ਹਮੇਸ਼ਾ ਕੋਈ ਨਾ ਕੋਈ ਚੀਜ਼ ਨਵੀਂ, ਕਿਉਂਕਿ ਸੰਜੀਵ ਵੀ ਜਿਸ ਦਿਨ ਦੇ ਆਏ ਆ ਉਹ ਕਹਿੰਦੇ ਮੈਂ ਨਵੀਂ ਤੋਂ ਨਵੀਂ ਟੈਕਨੋਲੋਜੀ ਨਵੇਂ ਤੋਂ ਨਵੀਂ ਇਹਨੂੰ ਮਲਟੀ ਸਪੈਸ਼ਲਟੀ ਵਾਲੇ ਪਾਸੇ ਲੈ ਕੇ ਜਾਣਾ ਹੈਗਾ। ਇਟ ਇਹ ਉਸਕੀ ਬੜਾਈ ਹੈ, ਅਗਰ ਉਹ ਇਹ ਸੋਚਦੇ ਹਾਂ ਨਾ ਵੀ ਮੈਨੇ ਬੜੀ ਨਈ ਸੇ ਨਈ ਟੈਕਨੋਲੋਜੀ ਲਾਣੀ ਹੈ ਟੂ ਸਰਵ ਦੀ ਪੇਸ਼ੈਂਟਸ, ਇਹ ਉਸਕੀ ਬੜਾਈ ਹੈ। ਦੱਸਾਂ ਜਿਸ ਤਰੀਕੇ ਦੇ ਨਾਲ ਤੁਹਾਡੀ ਫੈਮਿਲੀ ਨੇ ਪਹਿਲਾਂ ਸੰਜੀਵ ਜੀ ਇੱਥੇ ਆਏ, ਹੁਣ ਬੇਟਾ ਜਿਹੜਾ ਹੈਗਾ ਸੰਜੀਵ ਦਾ ਉਹ ਅੱਗੇ ਵੀ ਉਦੋਂ ਵੀ ਜ਼ਿਆਦਾ ਵਧੀਆ ਡਾਕਟਰ ਬਣ ਕੇ ਆ ਰਿਹਾ ਹੈਗਾ ਔਰ ਇਹ ਉਹ ਵੀ ਸੇਵਾ ਕਰੇਗਾ ਇਸ ਇਲਾਕੇ ਦੀ। ਪਹਿਲਾਂ ਤੁਸੀਂ ਕੀਤੀ, ਫਿਰ ਸੰਜੀਵ ਜੀ ਨੇ, ਹੁਣ ਉਹ ਤੀਸਰੀ ਪੀੜ੍ਹੀ ਵੀ ਕਰੇਗੀ। ਬਿਲਕੁਲ ਕਰੇਗੀ, ਬਿਲਕੁਲ ਕਰੇਗੀ ਜੀ। ਦਰਸ਼ਕੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਔਨ ਦੀ ਈਵ ਆਫ ਵਰਲਡ ਹਾਰਟ ਡੇ ਅਸੀਂ ਇੱਕ ਐਸੇ ਡਾਕਟਰ ਨੂੰ ਮਿਲਣ ਜਾ ਰਹੇ ਹਾਂ ਜਿਹਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਪੇਸ਼ੈਂਟਸ ਨੂੰ ਜਿਹੜੇ ਹਾਰਟ ਦੀ ਬਿਮਾਰੀ ਨਾਲ ਗ੍ਰਸਤ ਸੀਗੇ ਇੱਕ ਨਵੀਂ ਜ਼ਿੰਦਗੀ ਦਿੱਤੀ ਆ। ਸਾਡੀ ਮੁਰਾਦ ਹੈ ਡਾਕਟਰ ਸੰਜੀਵ ਮਿੱਤਲ ਜਿਹੜੇ ਇੱਕ ਸਮਾਜ ਸੇਵੀ ਇਨਸਾਨ ਵੀ ਹਨ, IMA ਦੇ ਪ੍ਰੈਜੀਡੈਂਟ ਵੀ ਨੇ ਔਰ ਉਹਦੇ ਨਾਲ ਨਾਲ ਇੱਕ ਰਿਨੋਡ ਹਾਰਟ ਦੇ ਸਪੈਸ਼ਲਿਸਟ, ਸ਼ੂਗਰ ਦੇ ਸਪੈਸ਼ਲਿਸਟ ਔਰ ਉਹ ਹੋਸਪਿਟਲ ਜਿਹੜਾ ਡਾਕਟਰ ਸੁਤੰਤਰ ਮਿੱਤਲ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਉਹਨਾਂ ਨੇ ਸਟਾਰਟ ਕੀਤਾ ਔਰ ਡਾਕਟਰ ਸੰਜੀਵ ਜੀ ਨੂੰ ਅੱਗੇ ਲੈ ਗਏ। ਸੰਜੀਵ ਜੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਮੈਂ ਪੰਜਾਬ ਪਲੱਸ ਦੇ ਦਰਸ਼ਕਾਂ ਨੂੰ ਦਾ ਸਵਾਗਤ ਕਰਦਾ ਹਾਂ ਅਤੇ ਨਾਲ ਹੀ ਪੰਜਾਬ ਪਲੱਸ ਦੇ ਔਰਗਨਾਈਜ਼ਰਸ ਦਾ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਡਾਕਟਰ ਸਾਹਿਬ ਔਨ ਦੀ ਈਵ ਆਫ ਵਰਲਡ ਹਾਰਟ ਡੇ ਤੁਹਾਡੇ ਲਈ ਤਾਂ ਹਰ ਦਿਨ ਹੀ ਹਾਰਟ ਡੇ ਹੈ, ਕਿਉਂਕਿ ਹਰ ਰੋਜ਼
ਪੇਸ਼ੈਂਟਸ ਅੱਜ ਵੀ ਹੁਣ ਪੇਸ਼ੈਂਟ ਜਿਹੜਾ ਹੈਗਾ ਸੀਰੀਅਸ ਹਾਰਟ ਦਾ ਆਇਆ ਹੋਇਆ, ਹਰ ਰੋਜ਼ ਹਾਰਟ ਦੇ ਪੇਸ਼ੈਂਟਸ ਨੂੰ ਬਚਾਉਣਾ, ਕੀ ਕਹਿਣਾ ਚਾਹੋਗੇ? ਫਿਰ ਵੀ ਉਹਦੇ ਨਾਲ ਨਾਲ ਫਿਰ 29th ਜਿਹੜੀ ਹੈਗੀ ਆ ਜਿਹਦੇ 'ਚ ਹਾਰਟ ਅਵੇਅਰਨੈਸ ਨੂੰ ਇੱਕ ਨਵਾਂ ਆਪਾਂ ਇੰਜਾਮ ਦੇ ਰਹੇ ਹੈਗੇ ਹਾਂ, ਉਹਦੇ ਵਿੱਚ ਲੋਕਾਂ ਨੂੰ ਹੋਰ ਪ੍ਰੀਵੈਂਸ਼ਨ ਦੇ ਲਈ ਗਾਈਡ ਕਰ ਰਹੇ ਹਾਂ, ਕੀ ਕਹਿਣਾ ਚਾਹੋਗੇ? ਦੋਸਤੋ ਅੱਜ ਮੈਂ ਥੋੜ੍ਹਾ ਜਿਹਾ ਡਿਫਰੈਂਟ ਐਂਗਲ ਤੁਹਾਡੇ ਸਾਹਮਣੇ ਰੱਖਣਾ ਚਾਹੂੰਗਾ। ਜੋ ਸਾਡਾ MBBS ਦਾ ਬੈਚ ਸੀਗਾ ਉਹ ਹਜੇ ਵੀ ਸਾਰੇ ਲੋਕ ਆਪਸ 'ਚ ਵਟਸਐਪ 'ਤੇ ਕਨੈਕਟਡ ਹੈ ਇੱਕ ਗਰੁੱਪ ਦੇ ਰਾਹੀਂ, ਔਰ ਇਹ ਗੱਲ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਵੀ ਜਿਸ ਬੰਦੇ ਨੂੰ MBBS 'ਚ ਮੈਂ ਸਭ ਤੋਂ ਪਹਿਲਾਂ ਮਿਲਿਆ ਸੀਗਾ ਔਰ ਅਸੀਂ ਬਹੁਤ ਅੱਛੇ ਦੋਸਤ ਉਸੇ ਵੇਲੇ ਪਹਿਲੇ ਇੱਕ ਮਿੰਟ 'ਚ ਹੀ ਬਣ ਗਏ ਸੀਗੇ ਔਰ ਅੱਜ ਤੀਕਰ ਉਹ ਦੋਸਤੀ ਕਾਇਮ ਸੀ। ਉਹ ਡਾਕਟਰ ਝਾਂਸੀ ਦੇ ਵਿੱਚ ਪ੍ਰੈਕਟਿਸ ਕਰਦਾ ਸੀ, ਬਹੁਤ ਅੱਛਾ ਉਹਦਾ ਜੀਵਨ ਸ਼ੈਲੀ ਸੀਗੀ, ਨਾ ਸਮੋਕਿੰਗ ਕਰਦਾ ਸੀ, ਨਾ ਫੈਟ ਵਗੈਰਾ ਖਾਂਦਾ ਸੀ, ਨਾ ਆਪਣਾ ਕੋਈ ਡਰਿੰਕਸ ਵਗੈਰਾ ਦਾ ਉਹਨੂੰ ਕੋਈ ਐਪ ਸੀਗਾ, ਸ਼ਾਕਾਹਾਰੀ ਜੀਵਨ ਸੀ, ਸੈਰ ਕਰਦਾ ਸੀ, ਐਕਸਰਸਾਈਜ਼ ਕਰਦਾ ਸੀ ਔਰ ਪਰਸੋਂ ਰਾਤ ਅਨਫੋਰਚੁਨੇਟਲੀ ਸਡਨਲੀ ਉਹਨੂੰ ਕਾਰਡਿਕ ਅਰੈਸਟ ਹੋ ਕੇ ਔਰ ਡਾਕਟਰੀ ਸਹਾਇਤਾ ਪਹੁੰਚਣ ਤੋਂ ਪਹਿਲਾਂ ਹੀ ਉਹਦੀ ਮੌਤ ਹੋ ਗਈ। ਇਸ ਇੱਕ ਗੱਲ ਦਾ ਸਾਡੇ ਜਿੰਨੇ ਵੀ ਨਾਲ ਪੜੇ ਹੋਏ ਡਾਕਟਰ ਸੀਗੇ ਸਾਰਿਆਂ ਨੂੰ ਬਹੁਤ ਗਹਿਰਾ ਸਦਮਾ ਲੱਗਿਆ ਔਰ ਇਹ ਪਹਿਲਾ ਡਾਕਟਰ ਨਹੀਂ ਸੀ ਕਿ ਜਿਹਦੀ ਇੱਦਾਂ ਦੀ ਡੈਥ ਹੋਈ ਹੈ ਸਾਡੇ 'ਚ। ਇਸ ਟਾਈਮ ਸਾਡੇ ਬੈਚ 'ਚੋਂ ਘੱਟੋ ਘੱਟ ਡਾਕਟਰਾਂ ਦੇ ਵਿੱਚੋਂ 10-12 ਡਾਕਟਰਸ ਦੀ ਮੌਤ ਹੋ ਚੁੱਕੀ ਹੈ ਔਰ ਜੇ ਡਾਕਟਰਸ ਦੇ ਵਿੱਚ ਇਸ ਤਰੀਕੇ ਦੀ ਰੇਸ਼ੋ ਹੈਗੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਮ ਜਨਤਾ ਜਿਹੜੀ ਕਿ ਨਾ ਉਹਨਾਂ ਨੂੰ ਨੌਲੇਜ ਹੁੰਦੀ ਹੈ, ਨਾ ਉਹਨਾਂ ਕੋਲ ਕੋਈ ਰਸਤਾ ਹੁੰਦਾ ਬਿਮਾਰੀਆਂ ਨੂੰ ਲੱਭਣ ਦਾ, ਉਹਨਾਂ ਵਿੱਚ ਕਿੰਨੀਆਂ ਮੌਤਾਂ ਇਸ ਤਰੀਕੇ ਨਾਲ ਹੁੰਦੀਆਂ ਹੋ ਗਈਆਂ। ਤਾਂ ਮੈਂ ਕਹਿਣਾ ਚਾਹੁੰਦਾ ਵੀ ਦਿਲ ਦੇ ਦੌਰੇ ਅਤੇ ਅਚਾਨਕ ਕਾਰਡਿਕ ਅਰੈਸਟ ਦਾ ਜਿਹੜਾ ਇੰਸੀਡੈਂਸ ਹੈ ਪਿਛਲੇ 25 ਸਾਲਾਂ ਦੇ ਵਿੱਚ ਇਲਾਜ ਦੇ ਲੈਵਲ, ਟੈਸਟਾਂ ਦੇ ਲੈਵਲ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਣ ਦੇ ਬਾਵਜੂਦ ਵੀ ਇਹਦਾ ਕੋਈ ਨੰਬਰ ਘਟਿਆ ਨਹੀਂ ਹੈ। ਸਟੈਂਟ ਪਈ ਜਾਂਦੇ ਆ, ਸਭ ਜਗ੍ਹਾ ਕੈਥ ਲੈਬਸ ਆ ਗਈਆਂ, ਇੱਕ ਇੱਕ ਛੋਟੇ ਛੋਟੇ ਸ਼ਹਿਰ 'ਚ ਚਾਰ ਚਾਰ ਆ ਗਈਆਂ, ਕੋਲੈਸਟ੍ਰੋਲ ਵਗੈਰਾ ਸ਼ੂਗਰ ਦੀ ਰੈਗੂਲਰ ਚੈੱਕਅਪ ਹੁੰਦੀ ਹੈ, ਲੇਕਿਨ ਫਿਰ ਵੀ ਮੌਤਾਂ ਅਤੇ ਹਾਰਟ ਅਟੈਕ ਓਨੇ ਹੀ ਕੋਮਨ ਹੋਈ ਜਾਂਦੇ ਆ। ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੂੰਗਾ ਵੀ ਬਹੁਤ ਵੱਡਾ ਫੈਕਟਰ ਜਿਸ ਤਰੀਕੇ ਨਾਲ ਆਪਾਂ ਜੀਵਨ ਸ਼ੈਲੀ ਨੂੰ ਬਤੀਤ ਕਰਦੇ ਹਾਂ ਮਾਨਸਿਕ ਤਣਾਅ ਦੇ ਵਿੱਚ ਰਹਿ ਕੇ, ਔਰ ਡਾਕਟਰ ਵੀ ਉਸ ਤੋਂ ਕੋਈ ਅਛੂਤੇ ਨਹੀਂ ਹੈ, ਡਾਕਟਰ ਵੀ ਬਹੁਤ ਜ਼ਿਆਦਾ ਮੈਂਟਲ ਸਟ੍ਰੈਸ 'ਚ ਰਹਿੰਦੇ ਆ ਔਰ ਉਸ ਗੱਲ ਦਾ ਵੀ ਇੱਕ ਨਤੀਜਾ ਹੈ ਕਿ ਮਤਲਬ ਬਾਡੀ ਨੂੰ ਰਿਪੇਅਰ ਹੋਣ ਦਾ ਮੌਕਾ ਨਹੀਂ ਮਿਲਦਾ, ਬੁਢਾਪਾ ਜਲਦੀ ਆਉਂਦਾ, ਮੌਤਾਂ ਹਾਰਟ ਅਟੈਕ ਨਾਲ ਜਾਂ ਹਾਰਟ ਫੇਲੀਅਰ ਨਾਲ ਬਹੁਤ ਹੋ ਰਹੀਆਂ। ਮੇਰੀ ਸਾਰਿਆਂ ਨੂੰ ਇਹ ਗੁਜ਼ਾਰਿਸ਼ ਹੈ ਕਿ ਆਪਣੇ ਆਪ ਨੂੰ ਸਿਹਤਮੰਦ ਰੱਖੋ, ਸੈਰ ਕਰੋ ਸਬਰ ਨਾਲ, ਮਤਲਬ ਖਾਣ ਦਾ ਮਤਲਬ ਇਹ ਵੀ ਠੀਕ ਹੈ ਤੁਸੀਂ ਘੱਟ ਕੁਆਂਟਿਟੀ ਦੇ ਵਿੱਚ ਮਿੱਠਾ ਔਰ ਘੱਟ ਕੁਆਂਟਿਟੀ 'ਚ ਤਲਿਆ ਹੋਇਆ ਖਾਓ, ਕੋਸ਼ਿਸ਼ ਕਰੋ ਕਿ ਮੈਦੇ ਨੂੰ ਅਵੋਇਡ ਕੀਤਾ ਜਾ ਸਕੇ, ਫਲ ਫਰੂਟ ਜ਼ਿਆਦਾ ਖਾਧਾ ਜਾਵੇ, ਹਲਕੀ ਫੁਲਕੀ ਐਕਸਰਸਾਈਜ਼ ਵੀ ਮਦਦ ਕਰਦੀ ਹੈ। ਜੈਨੇਟਿਕ ਫੈਕਟਰਸ ਨੂੰ ਆਪਾਂ ਰੋਕ ਨਹੀਂ ਸਕਦੇ ਹੁੰਦੇ, ਲੇਕਿਨ ਬਾਕੀ ਚੀਜ਼ਾਂ ਆਪਣੇ ਹੱਥ 'ਚ ਹੁੰਦੀਆਂ। ਸਿਗਰਟ ਵਗੈਰਾ ਤੋਂ ਬਚ ਕੇ ਰਹੋ, ਇਹ 18-20 ਸਾਲ ਦੀ ਉਮਰ ਦੇ ਵਿੱਚ ਬੱਚੇ ਟਸ਼ਨ 'ਚ ਸਿਗਰਟ ਪੀਣ ਲੱਗ ਜਾਂਦੇ ਆ, ਲੇਕਿਨ ਇਹਦਾ ਨੁਕਸਾਨ ਜਾ ਕੇ 45-50 ਸਾਲ ਦੀ ਉਮਰ 'ਚ ਸਾਹਮਣੇ ਆਉਂਦਾ। ਥੈਂਕਫੁਲੀ
ਸਿਗਰਟ ਦਾ ਚਲਨ ਹੌਲੀ ਹੌਲੀ ਘਟਦਾ ਜਾ ਰਿਹਾ ਕਿਉਂਕਿ ਇਹਨੂੰ ਗੌਰਮੈਂਟ ਨੇ ਬਹੁਤ ਹੱਦ ਤੱਕ ਡੀਗਲੈਮਰਾਈਜ਼ ਕਰਤਾ ਐਡਵਰਟਾਈਜ਼ਮੈਂਟ ਦੇ ਥਰੂ। ਲੇਕਿਨ ਦੂਸਰਾ ਪਹਿਲੂ ਇਹ ਵੀ ਹੈ ਕਿ ਸਾਰਿਆਂ ਨੂੰ ਪਤਾ ਵੀ ਫਾਸਟ ਫੂਡ ਉਦੋਂ ਵੀ ਜ਼ਿਆਦਾ ਖਤਰਨਾਕ ਹੈ, ਲੇਕਿਨ ਜਗ੍ਹਾ ਜਗ੍ਹਾ ਫਾਸਟ ਫੂਡ ਚੇਨਸ ਖੁੱਲਦੀਆਂ ਜਾ ਰਹੀਆਂ ਔਰ ਕਈ ਸ਼ਹਿਰਾਂ 'ਚ ਤਾਂ ਇਹ ਰਿਵਾਜ਼ ਪੈ ਗਿਆ ਵੀ ਰਾਤ ਦੀ ਰੋਟੀ ਲੋਕਾਂ ਦੇ ਘਰਾਂ 'ਚ ਬੰਨੀ ਬੰਦ ਹੋ ਗਈ ਹੈ, ਕੁਛ ਨਾ ਕੁਛ ਬਾਹਰੋਂ ਆ ਜਾਂਦਾ ਜਾਂ ਲੋਕ ਬਾਹਰ ਖਾਣ ਚਲੇ ਜਾਂਦੇ, ਫਿਰ ਖਰਚਾ ਵੀ ਵੱਧਦਾ ਆਪਣਾ ਔਰ ਫਿਰ ਆਪਾਂ ਪੈਸੇ ਕਮਾਉਣ ਦੀ ਦੌੜ ਦੇ ਵਿੱਚ ਪਰੇਸ਼ਾਨ ਹੁੰਦੇ ਰਹਿੰਦੇ ਹਾਂ। ਮੇਰਾ ਖਿਆਲ ਹੈ ਵੀ ਸਾਰੀ ਜ਼ਿੰਦਗੀ ਨੂੰ ਇੱਕ ਸਬਰ ਨਾਲ ਅਤੇ ਲੋ ਇੰਟੈਂਸਿਟੀ ਦੀ ਲਾਈਫ ਜਿਉਂ ਕਿ ਘੱਟ ਖਰਚਾ ਕਰਕੇ, ਘੱਟ ਸ਼ੋਅ ਆਫ ਕਰਕੇ, ਘੱਟ ਪੈਸੇ ਦੀ ਦੌੜ 'ਚ ਭੱਜ ਕੇ ਥੋੜ੍ਹਾ ਜਿਹਾ ਜ਼ਿਆਦਾ ਖੁਸ਼ ਰਹਿ ਕੇ ਕੱਟਿਆ ਜਾਵੇ ਤਾਂ ਬਿਮਾਰੀਆਂ ਤੋਂ ਬਚਾਵ ਰਹਿੰਦਾ। ਔਰ ਨਾਲੇ ਇੱਕ ਚੀਜ਼ ਹੋਰ ਵੀ ਹੈ, ਇੱਕ ਨਵਾਂ ਜਿਹੜਾ ਡਿਸਟਰਬਿੰਗ ਟ੍ਰੈਂਡ ਹੈ, ਸਟੈਂਟ ਪਾ ਪੈ ਜਾਂਦਾ, ਲੋਕ ਪੰਜ ਪੰਜ ਚਾਰ ਚਾਰ ਸਾਲ ਡਾਕਟਰ ਨੂੰ ਚੈੱਕਅਪ ਵੀ ਨਹੀਂ ਕਰਵਾਉਂਦੇ, ਜਾਂ ਗੂਗਲ ਤੋਂ ਪੜ੍ਹੀ ਜਾਊਗੇ, ਦਵਾਈਆਂ ਖਾਈ ਜਾਊਗੇ, ਟੈਸਟ ਆਪਣੇ ਆਪ ਹੀ ਕਰਾਈ ਜਾਊਗੇ ਔਰ ਘਰ ਬੈਠੇ ਜੇ ਸਟੈਂਟ ਬੰਦ ਵੀ ਹੋ ਰਿਹਾ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ। ਮੈਂ ਇੱਥੇ ਕਹਿਣਾ ਚਾਹੂੰਗਾ, ਦੇਖੋ ਡਾਕਟਰੀ ਇੱਕ ਸਕਿੱਲਡ ਹੈ, ਸਕਿੱਲਡ ਕੰਮ ਹੈ, ਜੋ ਡਾਕਟਰ ਨੂੰ ਵੀ 15-15-20-20 ਸਾਲ ਦੀ ਪੜ੍ਹਾਈ ਔਰ ਉਦੋਂ ਬਾਅਦ ਐਕਸਪੀਰੀਅੰਸ ਤੋਂ ਬਾਅਦ ਮੁਸ਼ਕਿਲ ਨਾਲ ਆਉਂਦੀ ਹੈ। ਜਿੱਥੇ ਹੈਲਥ ਦਾ ਮਾਮਲਾ ਹੋਵੇ ਆਪਾਂ ਨੂੰ ਇਹ ਗਲਤੀ ਨਹੀਂ ਕਰਨੀ ਚਾਹੀਦੀ ਵੀ ਛੋਟਾ ਜਿਹਾ ਖਰਚਾ ਬਚਾਉਣ ਦੇ ਲਈ ਆਪਾਂ ਡਾਕਟਰ ਦੀ ਸਲਾਹ ਤੋਂ ਬਚਣ ਦੀ ਕੋਸ਼ਿਸ਼ ਕਰੀਏ। ਟਾਈਮ ਸਿਰ ਮਿਲੀ ਹੋਈ ਸਲਾਹ ਤੁਹਾਡੀਆਂ ਐਡਮਿਸ਼ਨਸ ਨੂੰ, ਤੁਹਾਡੀ ਜ਼ਿੰਦਗੀ ਨੂੰ, ਦੋਨਾਂ ਨੂੰ ਬਚਾਉਂਦੀ ਹੈ, ਤੁਹਾਡੇ ਖਰਚੇ ਨੂੰ ਵੀ ਬਚਾਉਂਦੀ ਹੈ। ਤਾਂ ਇਸ ਗੱਲ ਦਾ ਧਿਆਨ ਰੱਖੋ ਵੀ ਡਾਕਟਰ ਨੂੰ ਚੈੱਕਅਪ, ਜਿਹੜੀ ਰੂਟੀਨ ਚੈੱਕਅਪ ਹੈ ਉਹਦੀ ਤੁਹਾਡੀ ਜ਼ਿੰਦਗੀ 'ਚ ਬਹੁਤ ਲੋੜ ਹੈ ਔਰ ਉਦੋਂ ਵੀ ਜ਼ਿਆਦਾ ਲੋੜ ਇਸ ਗੱਲ ਦੀ ਹੈ ਵੀ ਆਪਦਾ ਜੀਵਨ ਸੰਯਮ ਨਾਲ ਅਤੇ ਖੁਸ਼ੀ ਨਾਲ ਕੱਟੋ, ਆਪਣੇ ਪਰਿਵਾਰ ਨਾਲ ਆਪਦੀਆਂ ਖੁਸ਼ੀਆਂ ਸਾਂਝੀਆਂ ਕਰੋ, ਬੱਚਿਆਂ ਨਾਲ ਪ੍ਰੇਮ ਪਿਆਰ ਨਾਲ ਰਹੋ, ਤਾਂ ਤੁਹਾਨੂੰ ਇੱਕ ਅਹਿਸਾਸ ਹੋਵੇਗਾ ਕਿ ਜ਼ਿੰਦਗੀ ਜੀਣ ਲਈ ਬਹੁਤ ਥੋੜ੍ਹੇ ਦੀ ਲੋੜ ਹੈ, ਥੋੜ੍ਹੇ ਨਾਲ ਗੁਜ਼ਾਰਾ ਹੋ ਜਾਂਦਾ ਅਤੇ ਜ਼ਿੰਦਗੀ ਨਿਕਲਦੀ ਵੀ ਜ਼ਿਆਦਾ ਵਧੀਆ। ਥੈਂਕ ਯੂ ਸੋ ਮੱਚ ਡਾਕਟਰ ਸਾਹਿਬ। ਇਹ ਹੋਸਪਿਟਲ ਜਿਹੜਾ 24 ਆਵਰ ਸਰਵਿਸ ਦੇ ਵਿੱਚ ਹੈਗਾ ਔਰ ਰਾਤ ਨੂੰ ਐਮਰਜੈਂਸੀਜ਼, ਚਾਹੇ ਹਾਰਟ ਦੀ ਐਮਰਜੈਂਸੀ ਹੈ, ਚਾਹੇ ਟਰੋਮਾ ਦੇ ਕੇਸ ਹੈਗੇ ਆ, ਕੀ ਕਹਿਣਾ ਚਾਹੋ, ਕਿਉਂਕਿ ਲੋਕਾਂ ਲਈ ਵਰਦਾਨ ਹੈਗਾ ਕਿਉਂਕਿ 24 ਆਵਰ ਇਹ ਹੋਸਪਿਟਲ ਹੈ। ਪਰ ਸਭ ਤੋਂ ਵੱਡੀ ਗੱਲ ਡਾਕਟਰ ਸਾਹਿਬ ਤੁਹਾਡੀ ਸੇਵਾ ਜਿਹੜੀ, ਕਿਉਂਕਿ ਤੁਸੀਂ ਤੁਹਾਡਾ ਜਿਹੜਾ ਰੈਜੀਡੈਂਸ ਆ ਉਹ ਵਿੱਚ ਹੀ ਹੈਗਾ ਔਰ ਉਹਦੇ ਲਈ ਅਸੀਂ ਵੀ ਕਈ ਵਾਰੀ ਰਾਤ ਨੂੰ ਡਿਸਟਰਬ, ਸਾਰੇ ਜਾਣੇ ਜਿਹੜੇ ਸਾਡਾ ਅਸੀਂ ਬਾਘਾ ਪੜਾਉਂਦੇ ਰਹਿਣ ਵਾਲੇ ਹੈਗੇ ਹਾਂ, ਉੱਥੋਂ ਵੀ ਅਸੀਂ ਜਿਹੜੇ ਪੇਸ਼ੈਂਟਸ ਆਉਂਦੇ ਹੁੰਦੇ ਆ ਰਾਤ ਦੇ ਮੌਕੇ ਦੇ ਉੱਪਰ। ਕੀ ਕਹਿਣਾ ਚਾਹੋਗੇ ਕਿ 24 ਆਵਰ ਇਹ ਹਰ ਹੋਸਪਿਟਲ ਇਨ ਸਰਵਿਸ ਹੈਗਾ ਔਰ ਹਮੇਸ਼ਾ ਮੁਸਤੱਦੀ ਦੇ ਨਾਲ MOs ਜਿਹੜੇ ਹੈਗੇ ਰਾਤ ਨੂੰ ਵੀ ਸਾਨੂੰ ਇੱਥੇ ਮਿਲਦੇ। ਦੇਖੋ ਬਿਮਾਰੀ ਜਿਹੜੀ ਹੈਗੀ ਉਹ ਟਾਈਮ ਵੇਖ ਕੇ ਨਹੀਂ ਆਉਂਦੀ, ਦਿਨ ਦੇਖ ਕੇ ਨਹੀਂ ਆਉਂਦੀ, ਸਾਲ ਵੇਖ ਕੇ ਨਹੀਂ ਆਉਂਦੀ, ਉਮਰ ਵੇਖ ਕੇ ਨਹੀਂ ਆਉਂਦੀ। ਸਦਾ ਆਪਾਂ ਨੂੰ ਉਸ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਔਰ ਡਾਕਟਰ ਹੋਣ ਦੇ ਨਾਤੇ ਸਾਡਾ ਹੋਰ ਵੀ ਇਹ ਜ਼ਰੂਰੀ ਫਰਜ਼ ਬਣ ਜਾਂਦਾ ਵੀ ਅਸੀਂ ਦਿਨ ਰਾਤ ਦੇਖੇ ਬਿਨਾਂ ਪੇਸ਼ੈਂਟ ਨੂੰ ਜਦੋਂ ਵੀ ਕੋਈ ਪ੍ਰੋਬਲਮ ਆਈ ਹੈ ਉਹਦਾ ਹੱਲ ਕਰੀਏ, ਜੋ ਵੀ ਮਰੀਜ਼ ਨੂੰ ਉਹਦੀ ਜਾਨ ਨੂੰ ਬਚਾਉਣ ਦੇ ਲਈ ਜਾਂ ਉਹਦੀ ਬਿਮਾਰੀ ਨੂੰ ਠੀਕ ਕਰਨ ਦੇ ਲਈ ਜੋ ਸਾਡੇ ਤੋਂ ਬਣ ਪੈਂਦਾ ਉਹ ਕਰੀਏ। ਇਹ ਹੋਸਪਿਟਲ ਨੂੰ ਇਸ ਸਾਲ 50 ਸਾਲ ਪੂਰੇ ਹੋ ਜਾਣੇ ਆ। ਇਹ ਮੇਰੇ ਦਾਦਾ ਜੀ ਅਤੇ ਮੇਰੇ ਪਿਤਾ ਜੀ ਦੀ ਕੰਬਾਈਨਡ ਐਫਰਟ ਦਾ ਨਤੀਜਾ ਹੈ। ਉਸ ਹਿਸਾਬ ਨਾਲ ਚੱਲੀਏ ਤਾਂ ਮੈਂ 3rd ਜਨਰੇਸ਼ਨ ਡਾਕਟਰ ਹਾਂ ਔਰ ਮੇਰਾ ਬੇਟਾ 4th ਜਨਰੇਸ਼ਨ ਡਾਕਟਰ ਹੈ। ਮੈਡੀਕਲ ਫੀਲਡ ਦੇ ਵਿੱਚ ਵੀ
ਬਹੁਤ ਸਾਰੀਆਂ ਚੀਜ਼ਾਂ ਜਿਹੜੇ ਬੱਚੇ ਹੈ ਡਾਕਟਰਸ ਦੇ ਬੱਚੇ ਆਪਣੇ ਪੇਰੈਂਟਸ ਤੋਂ ਜਾਣੇ ਅਣਜਾਣੇ 'ਚ ਹੀ ਸਿੱਖ ਜਾਂਦੇ ਆ। ਮਾਇੰਡ ਸੈੱਟ ਹੁੰਦਾ ਵੀ ਅਸੀਂ ਹੋਸਪਿਟਲ 'ਚ ਹੀ ਰਹਿਣਾ, ਅਸੀਂ 24 ਘੰਟੇ ਇੱਥੇ ਹੀ ਟਾਈਮ ਪਾਸ ਕਰਨਾ। ਹੌਲੀ ਹੌਲੀ ਇੱਕ ਬੱਚਿਆਂ ਦੇ ਵਿੱਚ ਵੀ ਇਹ ਭਾਵਨਾ ਆ ਜਾਂਦੀ ਵੀ ਉਹ ਇਸ ਚੀਜ਼ ਨੂੰ ਮਾਇੰਡ ਨਹੀਂ ਕਰਦੇ। ਮੇਰੇ ਨਾਲ ਵੀ ਇਹੀ ਹੈ, ਮੇਰਾ ਮੈਂ ਮੇਰਾ ਜਨਮ ਅਤੇ ਮੇਰਾ ਪਾਲਣ ਹਸਪਤਾਲ 'ਚ ਹੀ ਹੋਇਆ, ਇਸ ਲਈ ਮੈਨੂੰ ਕੋਈ ਚੀਜ਼ ਉੱਪਰੀ ਨਹੀਂ ਲੱਗਦੀ। ਮੈਂ ਇੱਥੇ ਇਹਨੂੰ ਆਪਦਾ ਘਰ ਸਮਝ ਕੇ ਰਹਿੰਦਾ ਔਰ ਘਰ ਵੀ ਮੇਰਾ ਸਹੀ ਮਾਇਨੇ 'ਚ ਹਸਪਤਾਲ ਦੇ ਨਾਲ ਐਡਜੋਇਨਿੰਗ ਹੈ ਤਾਂ 24 ਘੰਟੇ ਮੇਰੀ ਅਵੇਲੇਬਿਲਟੀ ਹੈ। ਔਰ ਇਹ ਵੀ ਇੱਕ ਕਾਰਨ ਹੈ ਕਿ ਮੈਂ ਕਦੀ ਇਸ ਗੱਲ ਨੂੰ ਪਰੇਸ਼ਾਨੀ ਨਹੀਂ ਦਾ ਕਾਰਨ ਨਹੀਂ ਬਣਾਇਆ ਵੀ ਰਾਤ ਨੂੰ ਪੇਸ਼ੈਂਟ ਨੇ ਫੋਨ ਕਰਤਾ ਜਾਂ ਕੋਈ ਐਮਰਜੈਂਸੀ ਪੇਸ਼ੈਂਟ ਆ ਗਿਆ ਮੈਨੂੰ ਉੱਠਣਾ ਪੈ ਰਿਹਾ। ਡਾਕਟਰ ਦਾ ਫਰਜ਼ ਹੁੰਦਾ, ਪਲੱਸ ਜੇ ਡਾਕਟਰ ਥੋੜ੍ਹਾ ਜਿਹਾ ਇਸ ਗੱਲ ਦਾ ਕੰਪਰੋਮਾਈਜ਼ ਕਰਕੇ 24 ਘੰਟੇ ਲਈ ਹੋਸਪਿਟਲ ਦੇ ਅੰਦਰ ਅਵੇਲੇਬਲ ਰਹਿ ਸਕਦਾ ਤਾਂ ਉਹਦੀ ਸਹੂਲਤ ਪੇਸ਼ੈਂਟ ਨੂੰ ਮਿਲਦੀ ਹੋਈ ਹੈ। ਔਰ ਸਾਡੀ ਵੀ ਇਸ ਹੋਸਪਿਟਲ 'ਚ ਕੋਸ਼ਿਸ਼ ਇਹੀ ਹੈ, ਮੇਰੇ ਪਿਤਾ ਜੀ ਔਰ ਮੈਂ ਦੋਨੋਂ ਹੀ 24 ਘੰਟੇ ਲਈ ਅਵੇਲੇਬਲ ਹਾਂ ਔਰ ਪਿਛਲੇ 50 ਸਾਲਾਂ ਦੇ ਵਿੱਚ ਅਸੀਂ ਕਦੀ ਇਸ ਗੱਲ ਕਰਕੇ ਪੇਸ਼ੈਂਟ ਨਹੀਂ ਮੁੜਿਆ ਵੀ ਅਸੀਂ ਸੁੱਤੇ ਪਏ ਉੱਠ ਨਹੀਂ ਸਕਦੇ, ਪੇਸ਼ੈਂਟ ਅਟੈਂਡ ਨਹੀਂ ਕਰ ਸਕਦੇ। ਕਰਦੇ ਹਾਂ ਕਦੀ, ਚਲੋ ਐਮਰਜੈਂਸੀ ਹੋ ਜਾਵੇ ਤਾਂ ਮੈਂ ਬਾਹਰ ਹੋਵਾਂ ਜਾਂ ਡੈਡੀ ਬਾਹਰ ਹੋਣ, ਫਿਰ ਚਾਹੇ ਕਿਸੇ ਪੇਸ਼ੈਂਟ ਨੂੰ ਮਤਲਬ ਹੋ ਸਕਦਾ ਕਦੀ ਨਾ ਮਿਲਿਆ ਗਿਆ ਹੋਵੇ, ਪਰ ਜਿੱਥੋਂ ਤੱਕ ਸਾਡੀ ਕੋਸ਼ਿਸ਼ ਹੈ ਅਸੀਂ ਇਕੱਠੇ ਇੱਕ ਟਾਈਮ 'ਤੇ ਬਾਹਰ ਵੀ ਨਹੀਂ ਜਾਂਦੇ ਤਾਂ ਸਾਡੇ 'ਚੋਂ ਕੋਈ ਨਾ ਕੋਈ ਪਰਿਵਾਰ 'ਚੋਂ ਹੋਸਪਿਟਲ ਦੇ ਅੰਦਰ 24 ਘੰਟੇ ਰਹਿੰਦਾ। ਮੇਰੀ ਵਾਈਫ ਵੀ ਡਾਕਟਰ ਹੈ, ਉਹ ਵੀ ਅਵੇਲੇਬਲ ਰਹਿੰਦੇ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਵੀ ਡਾਕਟਰ ਫੈਮਿਲੀ 'ਚ ਇਸ ਤਰੀਕੇ ਦਾ ਡਿਸਿਪਲਿਨ ਆਪਣੇ ਆਪ ਹੀ ਆ ਜਾਂਦਾ ਵੀ ਐਮਰਜੈਂਸੀਜ਼ ਅਟੈਂਡ ਕਰਨ ਲਈ ਕੋਈ ਨਾ ਕੋਈ ਬੰਦਾ ਪਿੱਛੇ ਰਹੇ। ਉਹ ਸਾਡੇ ਹੋਸਪਿਟਲ ਵੀ ਪਿਛਲੇ 25-30 ਸਾਲ ਤੋਂ ਇਹ ਟਰੈਂਡ ਅਸੀਂ ਚਲਾ ਰਹੇ ਹਾਂ ਅਤੇ ਹੌਲੀ ਹੌਲੀ ਕਰਕੇ ਜੋ ਵੀ ਫੈਸਿਲਿਟੀਜ਼ ਪੇਸ਼ੈਂਟ ਦੇ ਫਾਇਦੇ ਲਈ ਈਜ਼ੀਲੀ ਅਵੇਲੇਬਲ ਕਰਾ ਸਕਦੇ ਹਾਂ ਅਸੀਂ ਕਰਾ ਰਹੇ ਹਾਂ। ਜੈਸਾ ਇਨ ਹਾਊਸ ਬਲੱਡ ਬੈਂਕ, ਇਨ ਹਾਊਸ ਸਾਰੇ ਟੈਸਟ, ਇਨ ਹਾਊਸ ਐਕਸਰੇ, ਇਨ ਹਾਊਸ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਹੈਗੀ ਆ ਹਰਟ ਵਾਲੇ ਪੇਸ਼ੈਂਟ ਦੇ ਲਈ ਔਰ ਟਰੋਮਾ ਵਾਲੇ ਪੇਸ਼ੈਂਟਸ ਲਈ ਇੱਥੇ ਅਵੇਲੇਬਲ ਹੈਗੀ ਆ ਔਰ ਹਰ ਤਰ੍ਹਾਂ ਦੀ ਸਪੈਸ਼ਲਿਟੀ ਵਾਲੇ ਜਿਹੜੇ ਡਾਕਟਰਸ ਆ, ਵਿਜ਼ਿਟਿੰਗ ਵੀ ਹੈਗੇ ਆ, ਹੋਰ ਵੀ ਡਾਕਟਰਸ ਆਉਂਦੇ ਨੇ, ਕੀ ਕਹਿਣਾ ਚਾਹੋਗੇ? ਅੱਜ ਤੋਂ 5 ਸਾਲ ਪਹਿਲਾਂ ਜਦੋਂ ਮੈਂ ਬਲੱਡ ਬੈਂਕ ਖੋਲ੍ਹਿਆ ਆਪਣੇ ਹੋਸਪਿਟਲ ਦੇ ਵਿੱਚ ਤਾਂ ਪਿੱਛੇ ਇੱਕੋ ਹੀ ਸੋਚ ਸੀ ਵੀ ਡੇਂਗੂ ਦੇ ਪੇਸ਼ੈਂਟਸ ਆਉਂਦੇ ਸੀਗੇ ਉਹਨਾਂ ਨੂੰ ਪਲੇਟਲੈਟਸ ਚਾਹੀਦੇ ਹੁੰਦੇ ਸੀਗੇ, ਪਲੇਟਲੈਟ ਸੈਪਰੇਟ ਕਰਨ ਵਾਲੀ ਮਸ਼ੀਨ ਮੋਗੇ 'ਚ ਅਵੇਲੇਬਲ ਨਹੀਂ ਸੀ, ਬਹੁਤ ਸਾਰੇ ਪੇਸ਼ੈਂਟਸ ਦੀ ਡੈਥ ਹੋ ਜਾਂਦੀ ਸੀ, ਬਹੁਤ ਸਾਰੇ ਪੇਸ਼ੈਂਟਸ ਨੂੰ ਲੁਧਿਆਣੇ ਭੇਜਣਾ ਪੈਂਦਾ ਸੀ, ਲੁਧਿਆਣੇ ਬੈੱਡਸ ਦੀ ਅਵੇਲੇਬਿਲਟੀ ਦਾ ਇਸ਼ੂ ਆ ਜਾਂਦਾ ਸੀਗਾ, 18-18 ਘੰਟੇ ਲਾਈਨ 'ਚ ਲੱਗ ਕੇ ਉਹ SDP ਜਿਹੜੇ ਪਲੇਟਲੈਟਸ ਹੁੰਦੇ ਆ ਸਿੰਗਲ ਡੋਨਰ ਪਲੇਟਲੈਟਸ, ਉਹਨਾਂ ਦੀ ਅਵੇਲੇਬਿਲਟੀ ਹੁੰਦੀ ਸੀ ਬਹੁਤ ਹਾਈ ਕੋਸਟ 'ਤੇ ਹੁੰਦੀ ਸੀ, ਪੇਸ਼ੈਂਟਸ ਨੂੰ ਬਹੁਤ ਇਸ ਚੀਜ਼ ਦੇ ਨਾਲ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਉਸ ਗੱਲ ਤੋਂ ਪਰੇਸ਼ਾਨ ਹੋ ਕੇ ਅਸੀਂ ਇਹ ਸੋਚਿਆ ਵੀ ਉਹ ਮਸ਼ੀਨ ਤਾਂ ਮੁੱਗ 'ਚ ਚਾਹੀਦੀ ਹੈ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਟਾਈਮ ਕੋਈ ਗੱਲ ਨਹੀਂ ਬਣੀ। ਫਿਰ ਇਹ ਸੋਚਿਆ ਗਿਆ, ਪਤਾ ਲੱਗਿਆ ਵੀ ਇਹ ਬਲੱਡ ਬੈਂਕ ਤੋਂ ਬਿਨਾਂ ਪੋਸੀਬਲ ਨਹੀਂ ਹੈ। ਫਿਰ ਮੈਂ ਇੱਕ ਡਿਸੀਜ਼ਨ ਲਿੱਤਾ ਵੀ ਬਲੱਡ ਬੈਂਕ ਸਟਾਰਟ ਕੀਤਾ ਜਾਵੇ। ਉਹ ਜਦੋਂ ਸਟਾਰਟ ਕਰਨ ਦੀ ਵਾਰੀ ਆਈ ਤਾਂ ਪਤਾ ਚੱਲਿਆ ਕਿ ਆਸ ਪਾਸ ਦੇ 60 ਕਿਲੋਮੀਟਰ ਦੇ ਰੇਡੀਅਸ 'ਚ, ਮਤਲਬ ਉੱਧਰੋਂ
ਲੁਧਿਆਣਾ, ਇੱਧਰੋਂ ਜਲੰਧਰ, ਇੱਧਰੋਂ ਬਠਿੰਡਾ, ਇੱਧਰੋਂ ਪਾਕਿਸਤਾਨ ਦਾ ਬਾਰਡਰ ਫਿਰੋਜ਼ਪੁਰ ਵਾਲਾ। ਇਸ ਡਿਸਟੈਂਸ ਦੇ ਵਿੱਚ ਕੋਈ ਵੀ ਪ੍ਰਾਈਵੇਟ ਬਲੱਡ ਬੈਂਕ ਨਹੀਂ ਹੈ, ਜੋ ਮੇਰੇ ਲਈ ਇੱਕ ਬਹੁਤ ਵੱਡਾ ਸ਼ੌਕ ਸੀਗਾ ਵੀ ਇੰਨੇ ਏਰੀਏ ਦੇ ਵਿੱਚ ਕੋਈ ਪ੍ਰਾਈਵੇਟ ਬਲੱਡ ਬੈਂਕ ਨਹੀਂ। ਮੈਨੂੰ ਇਸ ਗੱਲ ਲਈ ਡਿਸਕਰੇਜ ਵੀ ਕੀਤਾ ਗਿਆ ਵੀ ਯਾਰ ਜਦੋਂ ਸਰਕਾਰੀ ਹਸਪਤਾਲ 'ਚ ਬਲੱਡ ਬੈਂਕ ਹੈਗਾ ਤੁਸੀਂ ਕੀ ਕਰਨਾ, ਠੀਕ ਹੈ, ਇਹਦੇ 'ਚੋਂ ਇਹ ਕੋਈ ਕਮਾਈ ਦਾ ਸਾਧਨ ਨਹੀਂ ਹੈ। ਮੈਂ ਵੀ ਸਮਝਦਾ ਵੀ ਇਹ ਕਮਾਈ ਦਾ ਸਾਧਨ ਨਹੀਂ ਹੈ, ਸੇਵਾ ਦਾ ਸਾਧਨ ਹੈ, ਪਰ ਐਟ ਦੀ ਸੇਮ ਟਾਈਮ ਬਹੁਤ ਸਾਰੀਆਂ ਐਮਰਜੈਂਸੀਸ ਇਸ ਲਈ ਸਾਨੂੰ ਲੁਧਿਆਣੇ ਭੇਜਣੀਆਂ ਪੈ ਜਾਂਦੀਆਂ ਸੀਗੀਆਂ ਕਿਉਂਕਿ ਟਾਈਮਲੀ ਸਾਨੂੰ ਪਲੇਟਲੈਟਸ ਜਾਂ SDP ਜਾਂ ਬਲੱਡ ਨਹੀਂ ਮਿਲਦਾ ਸੀ। ਅਤੇ ਇਸ ਗੱਲ ਨੂੰ ਸੋਚ ਕੇ ਮੈਂ ਇਹ ਬਲੱਡ ਬੈਂਕ ਸਟਾਰਟ ਕੀਤਾ। ਅੱਜ ਨੂੰ 5 ਸਾਲ ਪੂਰੇ ਹੋ ਗਏ ਆ ਇਸ ਏਰੀਏ ਦੀ ਸੇਵਾ ਕਰਦੇ ਹੋਏ ਨੂੰ। ਬਹੁਤ ਸਾਰੇ ਡੇਂਗੂ ਦੇ ਪੇਸ਼ੈਂਟ ਅਸੀਂ SDP ਦੀ ਮਸ਼ੀਨ ਦੀ ਬਦੌਲਤ ਬਚਾਉਣ 'ਚ ਕਾਮਯਾਬ ਹੋਏ ਹਾਂ। ਨਾਲ ਬਲੱਡ ਬੈਂਕਿੰਗ ਦੇ ਖੇਤਰ ਦੇ ਵਿੱਚ ਅਸੀਂ ਜਿੰਨਾ ਕਿ ਨੂੰ ਇਹਦਾ ਲੈਵਲ ਸੁਧਾਰ ਸਕੇ ਹਾਂ ਔਰ ਗਾਂਹ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹਦੇ ਨਾਲ ਬਾਕੀ ਬਲੱਡ ਬੈਂਕਸ ਨੂੰ ਵੀ ਇੱਕ ਫਾਇਦਾ ਹੋਇਆ ਔਰ ਮੇਰੇ ਤੋਂ ਬਾਅਦ ਇੰਨੇ ਵੱਡੇ ਏਰੀਏ 'ਚ ਘੱਟੋ ਘੱਟ 15-16 ਹੋਰ ਬਲੱਡ ਬੈਂਕ, ਮਤਲਬ ਆਹ ਜਿਹੜਾ ਡਿਸਟੈਂਸ ਤੁਹਾਨੂੰ ਮੈਂ ਦੱਸਿਆ ਜਲੰਧਰ ਤੋਂ ਲੈ ਕੇ ਬਠਿੰਡੇ ਤੀਕਰ ਦਾ, ਇਹਦੇ 'ਚ 15-16 ਬਲੱਡ ਬੈਂਕ ਹੋਰ ਆ ਗਏ ਆ ਜਿਹੜੇ ਪ੍ਰਾਈਵੇਟ ਆ। ਇਹਦੇ ਨਾਲ ਹੋਇਆ ਇਹ ਹੈ ਕਿ ਡੇਂਗੂ ਦੇ ਪੇਸ਼ੈਂਟ ਨੂੰ ਹੁਣ ਲੁਧਿਆਣੇ ਜਾਣ ਦੀ ਲੋੜ ਆਲਮੋਸਟ ਨਾ ਦੇ ਬਰਾਬਰ ਪੈਂਦੀ ਹੈ। ਜੇ ਕੋਈ ਹੋਰ ਵੱਡੀਆਂ ਕੰਪਲੀਕੇਸ਼ਨਸ ਸ਼ੁਰੂ ਹੋ ਜਾਣ ਤਾਂ ਹੀ ਪੇਸ਼ੈਂਟ ਨੂੰ ਲੁਧਿਆਣੇ ਜਾਣਾ ਪੈਂਦਾ। ਸੈਕਿੰਡਲੀ ਹੋਸਪਿਟਲ ਦੇ ਵਿੱਚ ਫਿਰ ਮੈਂ ਬਹੁਤ ਦੇਰ ਤੋਂ, ਮਤਲਬ ਜਦੋਂ ਦਾ ਮੈਂ ਆਇਆ, ਕਿਉਂਕਿ ਪੋਸਟ ਗ੍ਰੈਜੂਏਸ਼ਨ 'ਚ ਮੈਂ ਡਾਇਲਸਿਸ ਕਰਨਾ ਸਿੱਖਿਆ ਸੀ ਤਾਂ ਮੇਰੇ ਮਨ 'ਚ ਇੱਛਾ ਸੀ ਕਿ ਵੀ ਮੈਂ ਮੋਗੇ ਡਾਇਲਸਿਸ ਸਟਾਰਟ ਕਰਾਂ। ਅਨਫੋਰਚੁਨੇਟਲੀ ਉਹਦਾ ਮੌਕਾ ਨਹੀਂ ਸੀ ਮਿਲ ਰਿਹਾ ਕਿਉਂਕਿ ਡਾਇਲਸਿਸ ਵੀ ਇੱਕ ਐਸਾ ਯੂਨਿਟ ਹੈ ਜਿਹਦੇ 'ਚੋਂ ਡਾਕਟਰਸ ਪ੍ਰੋਫਿਟ ਬਣਾਉਣ ਦੀ ਨਹੀਂ ਸੋਚਦੇ ਔਰ ਸਾਡੇ ਏਰੀਏ 'ਚ ਗਰੀਬ ਲੋਕ ਹੋਣ ਦੇ ਕਾਰਨ ਡਾਇਲਸਿਸ ਯੂਨਿਟ ਲਗਾਉਣਾ ਬੜਾ ਔਖਾ ਕੰਮ ਸੀ। ਪਰ ਫਿਰ ਆਯੁਸ਼ਮਾਨ ਭਾਰਤ ਦੀ ਸਕੀਮ ਆਈ, ਇਹਦੇ 'ਚ ਗਰੀਬ ਮਰੀਜ਼ਾਂ ਦੇ ਲਈ ਸਰਕਾਰ ਨੇ ਬਹੁਤ ਵੱਡਾ ਇੱਕ ਉਪਕਾਰ ਕੀਤਾ, ਪੁੰਨ ਦਾ ਕੰਮ ਕੀਤਾ ਵੀ ਡਾਇਲਸਿਸ ਆ ਜਿਹੜਾ ਉਹ ਗਰੀਬ ਪੇਸ਼ੈਂਟਸ ਲਈ ਫ੍ਰੀ ਕਰਤਾ। ਅਸੀਂ ਲੇਟੈਸਟ ਮਸ਼ੀਨਸ 8 ਯੂਨਿਟਸ ਡਾਇਲਸਿਸ ਦੇ ਨਵੇਂ ਲਗਾ ਕੇ ਔਰ ਡਾਇਲਸਿਸ ਸਟਾਰਟ ਕੀਤੇ ਪੂਰ ਪੇਸ਼ੈਂਟਸ ਲਈ। ਉਹਦਾ ਵੀ ਮੈਨੂੰ ਇਸ ਗੱਲ ਦਾ ਇੱਕ ਲਾਭ ਵੀ ਮਿਲਿਆ ਵੀ ਕੁਛ ਐਮਰਜੈਂਸੀ ਪੇਸ਼ੈਂਟਸ ਜਿਹੜੇ ਸੀਰੀਅਸ ਕੰਡੀਸ਼ਨ 'ਚ ਆਉਂਦੇ ਸੀਗੇ ਗੁਰਦੇ ਫੇਲ ਹੋਣ ਕਰਕੇ, ਅਸੀਂ ਉਹਨਾਂ ਨੂੰ ਵੀ ਬਚਾਉਣ ਦੇ 'ਚ ਕਾਮਯਾਬ ਹੋ ਰਹੇ ਹਾਂ ਔਰ ਸੈਂਟਰ ਅਤੇ ਸਟੇਟ ਗਵਰਨਮੈਂਟ ਦਾ ਮੈਂ ਬਹੁਤ ਧੰਨਵਾਦੀ ਹਾਂ ਕਿ ਗਰੀਬ ਬੰਦੇ ਜਿਹੜੇ ਕਿ ਡੇਲੀ ਬੇਸਿਸ 'ਤੇ ਡਾਇਲਸਿਸ ਨਹੀਂ ਕਰਾ ਸਕਦੇ ਸੀ, ਉਹਨਾਂ ਨੂੰ ਆਯੁਸ਼ਮਾਨ ਦੇ ਥਰੂ ਉਹਨਾਂ ਨੇ ਇਸ ਗੱਲ ਦੀ ਇੱਕ ਸੇਵਾ ਪ੍ਰਦਾਨ ਕੀਤੀ ਹੈ ਵੀ ਆਪਣੀ ਜ਼ਿੰਦਗੀ ਨੂੰ ਬਚਾ ਸਕਣ, ਲੰਬਾ ਕਰ ਸਕਣ, ਆਪਦੇ ਪਰਿਵਾਰ ਨੂੰ ਕੁਛ ਕੰਟਰੀਬਿਊਟ ਕਰ ਸਕਣ। ਉਦੋਂ ਬਾਅਦ ਜੋ ਕੁਛ ਵੀ ਮੇਰੇ ਤੋਂ ਬਣ ਹੋਇਆ ਮੈਂ ਹੌਲੀ ਹੌਲੀ ਇਸ ਹੋਸਪਿਟਲ 'ਚ ਜੋੜਿਆ, ਹੋਰ ਵੀ ਕਈ ਫੈਸਿਲਿਟੀਜ਼ ਜੋੜੀਆਂ ਔਰ ਆਉਣ ਵਾਲੇ ਟਾਈਮ 'ਚ ਵੀ ਮੇਰੀ ਇਹੀ ਕੋਸ਼ਿਸ਼ ਹੋਊਗੀ ਵੀ ਸ਼ਹਿਰ ਨੂੰ ਔਰ ਜ਼ਿਲ੍ਹੇ ਦੇ ਮਰੀਜ਼ਾਂ ਨੂੰ ਜੋ ਕੁਛ ਵੀ ਮੈਂ ਉਹਨਾਂ ਲਈ ਕਰ ਸਕਦਾ ਮੈਂ ਜ਼ਰੂਰ ਕਰਦਾ ਰਹਾਂ। ਡਾਕਟਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਔਨ ਦੀ ਆਫ ਵਰਲਡ ਹਾਰਟ ਡੇ ਤੁਸੀਂ ਇੰਨੀ ਵੱਡੀ ਹਾਰਟ ਦੀ ਸੇਵਾ ਕਰਦੇ ਹੋ, ਤੁਹਾਡੇ ਲਈ ਸਾਰੇ ਜਿਹੜੇ ਵੀ ਦਰਸ਼ਕ ਦੇਖ ਰਹੇ ਹੋਣਗੇ, ਬਹੁਤ ਸਾਰੇ ਪੇਸ਼ੈਂਟਸ, NRI ਵੀਰ ਬਾਹਰ ਦੇ
ਜਿਨ੍ਹਾਂ ਨੂੰ ਡਾਕਟਰ ਸਾਹਿਬ ਤੁਸੀਂ ਬਚਾਇਆ, ਉਹ ਤਾਂ ਸਿੱਧਾ ਹੀ ਕਹਿ ਦਿੰਦੇ ਵੀ ਜਾ ਕੇ ਮਿੱਤਲ ਹੋਸਪਿਟਲ ਜਾ ਵੜੋ ਭਾਈ, ਸੰਜੀਵ ਜੀ ਨਾਲ ਸਾਡੀ ਗੱਲ ਕਰਾ ਦਿਓ। ਲੰਬੀ ਚੇਨ ਆ, ਬੜੀ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਾਂ। ਦਰਸ਼ਕੋ, ਡਾਕਟਰ ਸਾਹਿਬ ਦਾ ਨੰਬਰ ਹੈ 9874-6611 9872466111। ਔਰ ਇਹ ਜਿਹੜੀ ਪੁਰਾਣੀ ਦੁਸਹਿਰਾ ਗਰਾਊਂਡ ਆ, ਉਹਦੇ ਬਿਲਕੁਲ ਸਾਹਮਣੇ ਡਾਕਟਰ ਸਾਹਿਬ ਦਾ ਹੋਸਪਿਟਲ ਹੈ। ਤੁਸੀਂ ਕਦੋਂ ਵੀ ਮਰਜ਼ੀ ਜਿਹੜਾ ਹੈਗਾ ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ, ਇਹਨਾਂ ਦੀਆਂ ਸਲਾਹ ਲੈ ਸਕਦੇ ਹੋ, ਕੋਈ ਵੀ ਤੁਹਾਡੀ ਇਨਕੁਆਇਰੀ ਹੈਗੀ ਆ ਤੁਸੀਂ ਪੁੱਛ ਸਕਦੇ ਹੋ। ਕੋਈ ਵੀ ਸੀਰੀਅਸ ਤੋਂ ਸੀਰੀਅਸ ਪੇਸ਼ੈਂਟ ਜਿਹੜਾ ਹੈਗਾ ਆ ਸਕਦਾ। ਪ੍ਰਿਵੈਂਟਿਵ ਵਾਲੇ ਜ਼ਿਆਦਾ ਨੇ ਡਾਕਟਰ ਸਾਹਿਬ, ਕੋਸ਼ਿਸ਼ ਕਰਦੇ ਨੇ ਬੰਦਿਆਂ ਨੂੰ। ਹੁਣ ਕਈ 25-25-30-30 ਸਾਲ ਦੇ ਲੋਕ ਜਿਹੜੇ ਜੁੜੇ ਪਏ ਆ, ਜਿਨ੍ਹਾਂ ਨੇ ਕੋਈ ਹਾਰਟ ਦੀ ਸਰਜਰੀ ਨਹੀਂ ਕਰਾਈ ਔਰ ਉਹਨਾਂ ਨੂੰ ਲਾਈਫ ਸਟਾਈਲ ਦੇ ਨਾਲ ਹੀ ਜ਼ਿੰਦਗੀ ਦੇ ਰਹੇ ਨੇ। ਡਾਕਟਰ ਸੰਜੀਵ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਔਰ ਜਾਂਦੇ ਆਉਂਦੇ ਤੁਹਾਡਾ ਕੀ ਮੈਸੇਜ ਰਹੂਗਾ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ? ਮੈਂ ਇੱਕ ਡਾਕਟਰ ਹੋਣ ਦੇ ਨਾਤੇ ਔਰ ਇੱਕ ਆਮ ਇਨਸਾਨ ਹੋਣ ਦੇ ਨਾਤੇ ਮੈਂ ਸਾਰੇ ਪੰਜਾਬ ਪਲੱਸ ਦੇ ਦਰਸ਼ਕਾਂ ਨੂੰ ਇਹੀ ਸਲਾਹ ਦਊਂਗਾ ਵੀ ਆਪਣਾ ਲਾਈਫ ਸਟਾਈਲ ਜਿੰਨਾ ਲੋਕ ਹੀ ਰੱਖ ਸਕੋ। ਧਾਰਮਿਕ ਗੁਰੂ ਸਿਖਾਉਂਦੇ ਆ ਲੋਭ ਕ੍ਰੋਧ ਮਾਇਆ ਅਹੰਕਾਰ ਇਹਨਾਂ ਚੀਜ਼ਾਂ ਤੋਂ ਬਚ ਕੇ ਰਹੋ। ਇਹ ਚੀਜ਼ਾਂ ਥੋੜ੍ਹੀ ਦੇਰ ਲਈ ਚੰਗਾ ਫੀਲ ਕਰਾਉਂਦੀਆਂ ਲੇਕਿਨ ਇੱਕ ਜ਼ਿੰਦਗੀ ਨੂੰ ਗਲਤ ਪਾਸੇ 'ਤੇ ਲੈ ਕੇ ਜਾਂਦੀਆਂ, ਨੁਕਸਾਨ ਦਾ ਵਾਇਸ ਬਣਦੀਆਂ। ਪਰਿਵਾਰ ਦੇ ਨਾਲ ਪਿਆਰ ਨਾਲ ਰਹੋ, ਪਰੇਸ਼ਾਨੀ ਆਪਣੇ ਮਨ 'ਚੋਂ ਕੱਢੋ, ਯਾਰਾਂ ਦੋਸਤਾਂ ਨਾਲ ਖੇਡੋ ਘੁੰਮੋ ਫਿਰੋ, ਫੋਨ ਦਾ ਖੇੜਾ ਛੱਡੋ। ਜੋ ਜ਼ਿੰਦਗੀ ਦੇ ਵਿੱਚ ਛੋਟੀਆਂ ਛੋਟੀਆਂ ਖੁਸ਼ੀਆਂ ਉਹਨਾਂ ਨੂੰ ਹਾਸਿਲ ਕਰੋ। ਰੈਗੂਲਰ ਸੈਰ ਕਰੋ, ਹਲਕਾ ਫੁਲਕਾ ਖਾਓ, ਹਾਸਾ ਮਜ਼ਾਕ ਕਰੋ, ਡਾਕਟਰਸ ਨਾਲ ਜਿੰਨੀ ਕੁ ਚੈੱਕਅਪ ਦੀ ਲੋੜ ਹੈ ਉਹ ਕਰੋ। ਔਰ ਬਿਮਾਰੀ ਤੋਂ ਡਰ ਕੇ ਰਹਿਣ ਦੀ ਬਜਾਏ ਬਿਮਾਰੀ ਤੋਂ ਬਚ ਕੇ ਰਹੋ। ਥੈਂਕ ਯੂ ਸੋ ਮਚ।